ਇੱਥੇ ਨੂੰ ਰੋ ਮੇਰਾ ਪੁੱਤਰ ਇੱਧਰ ਆਓ ਯਾਰ ਕੋਈ ਨੀ ਕੋਈ ਨੀ ਇੱਧਰ ਆਓ ਯਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਗਾਰਾ ਟੀਵੀ ਕਨੇਡਾ ਅਤੇ ਅੱਜ ਵਾਹਗਾ ਬਾਰਡਰ 'ਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਜੀ ਜਿਹੜੇ ਪੰਜਾਬ ਪ੍ਰਧਾਨ ਪਹੁੰਚੇ ਨੇ ਇਹਨੇ ਪ੍ਰੋਟੈਸਟ ਕਰਨ ਉਹਨਾਂ ਨਾਲ ਗੱਲ ਕਰਦੇ ਹੋ ਕੀ ਕਾਰਨ ਸਤਿ ਸ਼੍ਰੀ ਅਕਾਲ ਸਰ ਪਿਛਲੇ ਦਿਨਾਂ ਪਾਕਿਸਤਾਨ ਦੇ ਵਿੱਚ ਸਾਡੇ ਪੂਜਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜਨਮ ਸਥਾਨ ਉਸ ਜਗ੍ਹਾ ਦੇ ਉੱਪਰ ਪਠਾਣ ਪਾਕਿਸਤਾਨ ਦੇ ਕੁਛ ਕੱਟੜਬੰਦੀ ਲੋਕ ਜਿਹੜੇ ਹੈਗੇ ਆ ਆਈ ਐੱਸ ਆਈ ਦੇ ਏਜੰਟ ਨੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਪਥਰਾਵ ਕੀਤਾ ਗੁਰੂ ਘਰ ਦੇ ਨਾਂ ਨੂੰ ਚੇਂਜ ਕਰਨ ਦੀ ਗੱਲ ਕੀਤੀ ਹੈ ਵੀ ਇਸ ਗੁਰੂ ਘਰ ਦਾ ਨਾਂ ਹੀ ਚੇਂਜ ਕਰ ਦੇਣਾ ਨਨਕਾਣਾ ਸਾਹਿਬ ਦਾ ਨਾਂ ਚੇਂਜ ਕਰਕੇ ਅਤੇ ਕਿਸੇ ਗੁਲਾਮ ਅਲੀ ਦੇ ਨਾਂ 'ਤੇ ਰੱਖ ਦੇਣਾ ਆਪਾਂ ਤੁਹਾਡੇ ਮਾਧਿਅਮ ਨਾਲ ਪਾਕਿਸਤਾਨ ਨੂੰ ਇਹ ਚੇਤਾਵਨੀ ਦੇਣਾ ਚਾਹਵਾਂਗੇ ਨਨਕਾਣਾ ਸਾਹਿਬ ਉੱਥੇ ਰਹੇਗਾ ਕਿਉਂਕਿ ਸਾਡੇ ਗੁਰੂ ਦਾ ਬਹੁਤ ਵੱਡਾ ਉਹ ਸਥਾਨ ਹੈ ਔਰ ਹਿੰਦੁਸਤਾਨੀਆਂ ਨੇ ਨਿਰਣੇ ਕਰ ਲਿਆ ਵੀ ਪੂਰੇ ਪਾਕਿਸਤਾਨ ਦਾ ਜਿਹੜਾ ਨਾਂ ਨਾ ਉਹ ਨਨਕਾਣਾ ਸਾਹਿਬ ਕਰ ਦਿਆਂਗੇ ਜਿਸ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਬਣਿਆ ਜਿਹਦੀ ਇਨਕਮ ਦੇ ਉੱਪਰ ਉਸ ਦੇਸ਼ ਨੂੰ ਰੋਟੀ ਮਿਲ ਰਹੀ ਹੈ ਖਾਣਾ ਮਿਲ ਰਿਹਾ ਉਸ ਦੇਸ਼ ਨੂੰ ਆਪਣੀ ਔਕਾਤ ਦਾ ਪਤਾ ਇਸ ਕਰਕੇ ਨਨਕਾਣਾ ਸਾਹਿਬ ਨੂੰ ਜਿਹੜੀ ਉਹ ਗੱਲ ਸੋਚ ਰਹੇ ਵੀ ਨਨਕਾਣਾ ਸਾਹਿਬ ਦੇ ਉੱਪਰ ਆਪਾਂ ਟਕਰਾਵ ਸ਼ੁਰੂ ਕਰੀਏ ਤਾਂ ਮੈਨੂੰ ਲੱਗਦਾ ਵੀ ਆਉਣ ਵਾਲਾ ਜਿਹੜਾ ਸਮਾਂ ਉਹ ਪਾਕਿਸਤਾਨ ਦਾ ਦੀ ਐਂਡ ਹੈ ਕਿਉਂਕਿ ਦੋ ਸਰਜੀਕਲ ਸਟ੍ਰਾਈਕ ਹਿੰਦੁਸਤਾਨ ਨੇ ਕੀਤੀਆਂ ਅਤੇ ਅੱਜ ਪਾਕਿਸਤਾਨ ਦੇ ਵਿੱਚ ਇਹ ਹਾਲਾਤ ਹੈ ਵੀ ਲੋਕਾਂ ਨੂੰ ਖਾਣਾ ਤੱਕ ਨਸੀਬ ਨਹੀਂ ਹੋ ਰਿਹਾ ਔਰ ਗੁਰੂ ਘਰ ਦੀ ਬਦੌਲਤ ਕਿਉਂਕਿ ਇਹ ਗੁਰੂ ਘਰ ਸਾਡਾ ਐਸਾ ਗੁਰੂ ਘਰ ਹੈ ਪੂਰੇ ਵਿਸ਼ਵ ਦੇ ਵਿੱਚੋਂ ਸਿੱਖ ਸਮੁਦਾਇ ਤੋਂ ਲੈਦਾ ਚਾਹੇ ਉਹ ਕੋਈ ਅੰਗਰੇਜ਼ ਹੈ ਚਾਹੇ ਕਿਸੇ ਵੀ ਕਾਸਟ ਨਾਲ ਬਿਲੋਂਗ ਕਰਦੇ ਆ ਉਹ ਉਸ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਵਿਦੇਸ਼ਾਂ ਤੋਂ ਲੱਖਾਂ ਡਾਲਰ ਖਰਚ ਕਰਕੇ ਉੱਥੇ ਆਉਂਦੇ ਜਿਸ ਡਾਲਰਾਂ ਦੀ ਵਜ੍ਹਾ ਨਾਲ ਇਸ ਦੇਸ਼ ਦੀ ਜਿਹੜੀ ਅਰਧ ਵਿਵਸਥਾ ਉਹ ਚੱਲ ਰਹੀ ਹੈ ਅੱਜ ਉਹ ਦੇਸ਼ ਦੇ ਵਿੱਚ ਕੱਟੜਵਾਦੀ ਵਿਚਾਰਧਾਰਾ ਦੇ ਲੋਕ ਉਸ ਗੁਰੂ ਘਰ ਨੂੰ ਅਖੰਡਿਤ ਕਰਨ ਮਤਲਬ ਕਿ ਕਰਨ ਦੀ ਗੱਲ ਸੋਚ ਰਹੇ ਨੇ ਹਿੰਦੁਸਤਾਨ ਕੀ ਪੂਰਾ ਵਿਸ਼ਵ ਇਸ ਮੁੱਦੇ ਨੂੰ ਲੈ ਕੇ ਇੱਕ ਮੰਚ 'ਤੇ ਹੈ ਔਰ ਪਾਕਿਸਤਾਨ ਨੂੰ ਇਹ ਕੜੇ ਸ਼ਬਦਾਂ ਦੇ ਵਿੱਚ ਚੇਤਾਵਨੀ ਹੈ ਵੀ ਅਗਰ ਤੂੰ ਬੰਦੇ ਦਾ ਪੁੱਤਰ ਨਹੀਂ ਬਣਿਆ ਤਾਂ ਆਉਣ ਵਾਲਾ ਜਿਹੜਾ ਸਮਾਂ ਹੈਗਾ ਪੂਰੇ ਪਾਕਿਸਤਾਨ ਦਾ ਨਾਂ ਜਿਹੜਾ ਹੈਗਾ ਨਨਕਾਣਾ ਸਾਹਿਬ ਦੇ ਨਾਂ 'ਤੇ ਹੋਵੇਗਾ ਧੰਨਵਾਦ ਜਿੰਦਾਬਾਦ